ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਰੋਹਾਨੀ ਖਜ਼ਾਨਾ ਹੈ ਉਸ ਨੂੰ ਹਰ ਪ੍ਰਾਣੀ ਮਾਤਰ ਤੱਕ ਪਹੁੰਚਾਉਣ ਦੇ ਲਈ ਪਿਛਲੇ ਸਮੇਂ ਤੋਂ ਸਿੱਖ ਸੰਸਥਾਾਂ માં ਔਰ ਵਿਅਕਤੀਗਤ ਤੌਰ ਤੇ ਵੀ ਉਦਦਮ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਉਪਰਾਲੇ ਦੇ ਅਧੀਨ ਨਾਦ ਪ੍ਰਗਾਸ ਵੱਲੋਂ ਸਿਮਰਨ ਦੀ ਰੋਸ਼ਨੀ ਵਿੱਚ ਜਾਂ ਸਿਮਰਨ ਵਿੱਚੋਂ ਜੋ ਉਪਜਿਆ ਹੋਇਆ ਰੋਹਾਨੀ ਗਿਆਨ ਹੈ ਉਸ ਨੂੰ ਹਰ ਪ੍ਰਾਣੀ ਮਾਤਰ ਤੱਕ ਪਹੁੰਚਾਉਣ ਲਈ ਕਾਨਫਰੰਸਾਂ ਗੋਸ਼ਟੀਆਂ ਸੈਮੀਨਾਰ ਔਰ ਪੁਸਤਕਾਂ ਪ੍ਰਕਾਸ਼ਿਤ ਕੀਤਾ ਜਾ ਰਹੀਆਂ ਨੇ ਉਸ ਦਾ ਭਾਵ ਇਹ ਹੈ ਇਸ ਰੱਬੀ ਖਜ਼ਾਨੇ ਨੂੰ ਅੱਜ ਇਸ ਪੜ੍ਹੇ ਲਿਖੇ ਵਰਗ ਵਿੱਚ ਵੀ ਗਹਿਰਾਈ ਨਾਲ ਟਿਕਾ ਨਾਲ ਤੇ ਉਸ ਤੱਤ ਨੂੰ ਪਹੁੰਚਾ ਸਕੀਏ ਜੋ ਸਤਿਗੁਰੂ ਸਾਨੂੰ ਆਪਣੇ ਜੀਵਨ ਵਿੱਚੋਂ ਬਖਸ਼ ਕੇ ਗਏ ਆ ਇਸੇ ਦੇ ਅਧੀਨ ਹੀ ਪ੍ਰੋਫੈਸਰ ਜਗਦੀਸ਼ ਸਿੰਘ ਜੀ ਹੋਰਾਂ ਵੱਲੋਂ ਅਮਰੀਕਾ ਦੀ ਧਰਤੀ ਤੇ ਮਿਸ਼ੀਗਨ ਵਿਖੇ ਗੁਰਦੁਆਰਾ ਮਾਤਾ ਤ੍ਰਿਪਤਾ ਸਾਹਿਬ ਜੀ ਦਾ ਜੋ ਨਾਮ ਤੇ ਹੈ ਇਨਾਂ ਵੱਲੋਂ ਫਾਰਸੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਜਿਸ ਵਿੱਚ ਖਾਸ ਕਰਕੇ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਦੀ ਜਿਹੜੀ ਰਚਨਾ ਹੈ ਉਸ ਨੂੰ ਸੰਗਤ ਤੱਕ ਪਹੁੰਚਾਉਣ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਸਦਾ ਕਾਰਨ ਹੈ ਅੱਜ ਅਸੀਂ ਕਥਾ ਕਰਨੇ ਆ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਦਾ ਜ਼ਿਕਰ ਸਿਰਫ ਇੱਕ ਸਾਖੀ ਰੂਪ ਵਿੱਚ ਰਹਿ ਗਿਆ ਹੈ ਜੋ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਹੱਬਤ ਕੀਤੀ ਜੋ ਉਹਨਾਂ ਦੇ ਅੰਦਰ ਸ਼ਬਦ ਦਾ ਪ੍ਰਗਾਸ ਹੋਇਆ ਜੋ ਉਹਨਾਂ ਨੂੰ ਸਤਿਗੁਰੂ ਨੇ ਰੋਹਾਨੀ ਗਿਆਨ ਦਾ ਇੱਕ ਖਜ਼ਾਨਾ ਬਖਸ਼ਿਆ ਉਹ ਇਤਨਾ ਅਮੋਲਕ ਹੈ ਕਿ ਅਸੀਂ ਉਸ ਜ਼ਬਾਨ ਨੂੰ ਜਾਣਦੇ ਨਹੀਂ ਤੇ ਨਾ ਵਾਕਿਫ ਹੋਣ ਕਰਕੇ ਅਸੀਂ ਉਸ ਖਜ਼ਾਨੇ ਦਾ ਪੂਰਨ ਲਾਹਾ ਨਹੀਂ ਲੈ ਰਹੇ ਮੇਰੀ ਬੇਨਤੀ ਹੈ ਕਿ ਪ੍ਰੋਫੈਸਰ ਜਗਦੀਸ਼ ਸਿੰਘ ਜੀ ਹੁਣਾ ਵੱਲੋਂ ਜੋ ਇਹ 9 ਜਨਵਰੀ ਨੂੰ ਇਹ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਫਾਰਸੀ ਦੀਆਂ ਆਪ ਜੀ ਵੱਧ ਤੋਂ ਵੱਧ ਉਸ ਦਾ ਲਾਹਾ ਲੈ ਸਕੋ ਔਰ ਮੇਰੀ ਬੇਨਤੀ ਹੈ ਸਤਿਗੁਰੂ ਜੀ ਦੇ ਚਰਨਾਂ 'ਚ ਮਾਲਕ ਜੀ ਮੇਰੇ ਇਸ ਵੀਰ ਨੂੰ ਚੜ੍ਹਦੀ ਕਲਾ ਅੰਦਰ ਦੀ ਰੂਹਾਨੀਅਤ ਦਾ ਖੇੜਾ ਬਖਸ਼ੋ ਔਰ ਖਾਸ ਕਰਕੇ ਮੈਂ ਗੁਰਦੁਆਰਾ ਸਾਹਿਬ ਜੀ ਦੇ ਮਾਤਾ ਤ੍ਰਿਪਤਾ ਸਾਹਿਬ ਗੁਰਦੁਆਰੇ ਦੇ ਪ੍ਰਬੰਧਕਾਂ ਦਾ ਧੰਨਵਾਦੀ ਹਾਂ ਕਿ ਸਜਣੋ ਗੁੰਬਦ ਲੰਗਰ ਸਭ ਕੁਝ ਚੰਗੀ ਗੱਲ ਹੈ ਪਰ ਸੱਚ ਇਹ ਵੇ ਜਿਹੜਾ ਇੱਕ ਸਿੱਖ ਕਿਸੇ ਨੂੰ ਗੁਰੂ ਦੇ ਸ਼ਬਦ ਤੋਂ ਸਿਖਾ ਦੇਗਾ ਉਹ ਤੋਂ ਵੱਡਾ ਪੁੰਨ ਸੰਸਾਰ ਵਿੱਚ ਕੋਈ ਹੋਰ ਹੈ ਹੀ ਨਹੀਂ ਇਸ ਕਰਕੇ ਆਪਾਂ ਸਾਰੇ ਲਾਹਾ ਲੈਣ ਦਾ ਯਤਨ ਕਰੀਏ ਕਿਉਂਕਿ ਫਾਰਸੀ ਜਿੰਨੀ ਦੇਰ ਤੱਕ ਆਪਾਂ ਨੂੰ ਬੋਲਣੀ ਨਹੀਂ ਆਉਂਦੀ ਉਹਦੇ ਜਿਹੜੇ ਹਰੂਫ ਨੇ ਜਾਂ ਉਹਦੇ ਲਫ਼ਜ਼ ਨੇ ਜਿਹੜੇ ਬੰਦੇ ਨੇ ਵਾਕ ਬੰਦੇ ਨੇ ਅਸੀਂ ਉਹਨੂੰ ਸਮਝ ਨਹੀਂ ਸਕਾਂਗੇ ਤੇ ਅਸੀਂ ਨਾ ਤਾਂ ਉਸ ਰਚਨਾ ਨੂੰ ਪੜ੍ਹ ਕੇ ਪੂਰਾ ਰਸ ਲੈ ਸਕਨੇ ਆ ਨਾ ਅਸੀਂ ਵਿਆਖਿਆ ਕਰ ਸਕਾਂਗੇ ਕਿਉਂਕਿ ਰਚਨਾ ਜਿਸ ਭਾਸ਼ਾ ਵਿੱਚ ਜਿਸ ਸਕ੍ਰਿਪਟ ਵਿੱਚ ਲਿਖੀ ਗਈ ਜਿਹੜੀ ਬੋਲੀ ਹੈ ਜਦੋਂ ਉਹ ਸਾਨੂੰ ਆ ਜਾਏਗੀ ਤੇ ਉਸ ਦੇ ਪੜਨ ਦਾ ਰਸ ਸਵਾਦ ਹੀ ਵੱਖਰਾ ਹੋ ਜਾਏਗਾ ਇਸ ਕਰਕੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਸਿੱਖ ਸੰਗਤਾਂ ਦੇਸ਼ ਪਰਦੇਸ਼ ਵਿੱਚ ਦੇਸ਼ ਵਿਦੇਸ਼ ਵਿੱਚ ਇਹਨਾਂ ਕਲਾਸਾਂ ਦਾ ਪੂਰਨ ਲਾਹਾ ਲਓ ਸਤਿਗੁਰੂ ਇਸ ਨਾਦ ਪ੍ਰਗਿਆ ਸੰਸਥਾ ਨੂੰ ਚੜ੍ਹਦੀ ਕਲਾ ਬਖਸ਼ੇ ਆਪਣੀ ਸਿਮਰਨ ਦੀ ਰੋਸ਼ਨੀ ਵਿੱਚ ਭੈ ਪਾਮਣੀ ਵਿੱਚ ਰੱਖ ਕੇ ਆਪਣੇ ਇਸ ਗਿਆਨ ਨੂੰ ਹਰ ਪ੍ਰਾਣੀ ਮਾਤਰ ਤੱਕ ਪਹੁੰਚਾਉਣ ਦੀ ਤੋਫੀਕ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ